हाँ जी, सत श्री अकाल जी सारिआं नूं। उम्मीद करदा कि सारे वधिया होणगे। तो वेलकम बैक है जी मेरी नवीं वीडियो दे विच। अज आपां गल करने आ स्पोंसरशिप बारे। तो स्पोंसरशिप का मतलब है कि बॉन्ड वर्क है जो कि किसी कंपनी द्वारा आपां लैंदे आ। तो उहदे विच की हुंदा कि 5 साल का आपां नूं वीजा मिल जाता है। तो 5 साल के वीजे तो बाद आपां जिहड़ा PR वास्ते अपलाई कर सकते हैं। तो मेरे नाल ही संदीप भाई जो कि मेरे नाल ही कम करता सी भाई, तो इन्हें स्पोंसरशिप ली है। तो आपां इहदा पुछदे आ कि की प्रोसैस है इहदा, ਤੇ ਕਿੱਦਾਂ ਇਹਨੇ ਆਪਣੀ ਜਿਹੜੀ ਸਪੌਂਸਰਸ਼ਿਪ ਲਈ ਹੈ। ਹਾਂਜੀ ਬਾਈ, ਕਿੰਨਾ ਟਾਈਮ ਹੋ ਗਿਆ ਇੱਥੇ ਆਏ ਨੂੰ ਤੁਹਾਨੂੰ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਅਤੇ ਮੈਂ ਆ ਜੀ 2020 ਦੇ ਵਿੱਚ ਜਨਵਰੀ ਦੇ ਵਿੱਚ ਜੀ, ਅਤੇ ਮੈਂ ਪਿੱਛੇ ਬਿਲੋਂਗ ਕਰਦਾ ਜੀ ਪੰਜਾਬ ਤੋਂ, ਮਾਨਸਾ ਡਿਸਟ੍ਰਿਕਟ ਤੋਂ। ਅਤੇ ਜੀ ਮੇਰਾ ਕੋਰਸ ਸੀ BA, 3 ਸਾਲ ਦਾ ਸੀ ਜੀ। ਅਤੇ 3 ਸਾਲ ਦਾ ਮਤਲਬ 4 ਸਮੈਸਟਰ ਹੋ ਗਏ, 6 ਸਮੈਸਟਰ ਹੋ ਗਏ। ਅਤੇ ਮੈਨੂੰ ਮਤਲਬ ਵੀ 6 ਸਮੈਸਟਰਾਂ ਦੀ ਮਤਲਬ ਜਿਵੇਂ ਫੀਸ ਭਰਨ ਹੁੰਦੀ ਹੈ ਬਹੁਤ ਔਖਾ ਹੁੰਦਾ ਨਾ, ਅਤੇ ਉਸ ਹਿਸਾਬ ਨਾਲ ਤਾਂ ਮੈਂ ਕਿਤੇ ਸ਼ੌਪ 'ਤੇ ਲੱਗਿਆ ਕੰਮ। ਆਪਣਾ ਜੁਲਾਈ ਚੱਲ ਰਿਹਾ ਅਤੇ 2.5 ਸਾਲ ਹੋ ਚੁੱਕੇ ਨੇ ਆਏ ਨੂੰ। ਅਤੇ ਉਹਨਾਂ ਨੂੰ ਕੰਮ ਮੇਰਾ ਵਧੀਆ ਲੱਗਿਆ ਅਤੇ ਉਹਨਾਂ ਨੂੰ ਵੀ ਲੋੜ ਸੀ ਬੰਦੇ ਦੀ। ਅਤੇ ਅਸੀਂ ਸੋਚਿਆ ਵੀ ਸਾਨੂੰ ਵੀ ਪਤਾ ਲੱਗਿਆ ਮੈਨੂੰ ਕਿਸੇ ਦੋਸਤ ਫਰੈਂਡ ਤੋਂ ਅੱਗੇ ਕਿ ਹੁਣ ਅੱਜ ਕੱਲ੍ਹ ਵੀ ਸਟੂਡੈਂਟ ਨੂੰ ਵੀ ਸਵਿੱਚ ਕਰ ਰਹੇ ਡਾਇਰੈਕਟ ਸਪੋਂਸਰ ਦੇ ਵਿੱਚ। ਅਤੇ ਉਸ ਹਿਸਾਬ ਨਾਲ ਮੈਂ ਸੋਚਿਆ ਯਾਰ ਵੀ ਆਪਾਂ ਇਹ 'ਤੇ ਕੋਈ ਸਰਚ ਕੀਤੀ ਜਾਵੇ ਵੀ ਕਿਵੇਂ ਲੈ ਸਕਦਾ। ਮੈਨੂੰ ਕੁਛ ਨਹੀਂ ਪਤਾ ਸੀ, ਮੈਂ ਸਟੂਡੈਂਟ ਸੀ, ਮੈਂ ਬਈ ਮੇਰੇ ਨਾਲ ਬਹੁਤ ਵਧੀਆ ਚੱਲਦਾ ਸੀ ਮੇਰਾ, ਤੇ ਬਹੁਤ ਵਧੀਆ ਪੇ ਦੇ ਰਹੇ ਸੀਗੇ। ਠੀਕ ਹੈ। ਤੇ ਮੰਨ ਲਓ ਵੀ 20 ਘੰਟੇ ਜਿਵੇਂ ਅਲਾਊਡ ਫੀਸ ਕੱਢ ਲੈਂਦੇ ਸੀ ਈਜ਼ੀਲੀ ਤੁਸੀਂ? ਹਾਂ ਵੀ ਫੀਸ ਕੱਢ ਲੈਂਦੇ ਸੀ ਮੰਨ ਲਓ। ਤੇ ਫਿਰ ਮੈਂ ਸੋਚਿਆ ਵੀ ਯਾਰ 18,000 ਭਰੀ ਇਹਨੇ, ਤਾਂ PSW ਲਵਾਂਗੇ 2 ਸਾਲ ਬਾਅਦ, ਅਤੇ ਸਪੋਂਸਰ ਉਹ ਵੀ ਲੈਣੀ ਪੈਣੀ ਹੈ 2 ਸਾਲਾਂ ਬਾਅਦ ਵੀ ਆਪਾਂ ਨੂੰ। ਹਾਂ। ਅਤੇ ਮੈਂ ਖੁਦ ਵੀ ਕੋਈ ਨਾ ਕੋਈ ਭਾਲਣੇ ਪਊ, ਕੰਪਨੀ ਕੋਈ ਸ਼ੋਪ ਕੋਈ ਆਪਾਂ ਨੂੰ ਪੈਸੇ ਦੇ ਕੇ, ਜਾਂ ਹੈ ਨਾ ਅੱਜ ਕੱਲ੍ਹ ਕਰਦੇ ਜਿਵੇਂ ਵੀ ਲਾ ਲਓ ਵੀ ਆਪਾਂ ਕਿਉਂ ਨਾ ਹੁਣੀ ਆਪਾਂ ਕੁਛ ਕੀਤਾ ਜਾਵੇ। ਅਤੇ ਉਸ ਹਿਸਾਬ ਨਾਲ ਮੈਂ ਸਰਚ ਕੀਤਾ ਉਹਦਾ ਗੂਗਲ 'ਤੇ, ਹੋਰ ਸੋਲੀਸੀਟਰਾਂ ਨਾਲ ਵੀ ਮੈਂ ਮੀਟਿੰਗ ਕਰਦਾ ਰਿਹਾ ਨੇੜੇ ਤੋਂ ਜਿਵੇਂ ਵੀ ਕੋਈ ਮਿਲਦਾ ਸੀ। ਅਤੇ ਉਹਨਾਂ ਨੇ ਸੁਝਾਅ ਦਿੱਤਾ ਕਹਿੰਦਾ ਠੀਕ ਆ, ਕਹਿੰਦੇ ਵੀ ਜਿਵੇਂ ਤੂੰ ਕਹਿ ਰਿਹਾ ਉਵੇਂ ਹੋ ਰਿਹਾ ਹੈਗਾ ਵੀ ਅੱਜ ਕੱਲ੍ਹ ਵੀ ਇਹ ਲੋਅ ਚੱਲ ਰਿਹਾ ਹੈਗਾ ਵੀ ਤੁਸੀਂ ਕਰ ਸਕਦੇ ਵੀ 4-5 ਮਹੀਨੇ ਪ੍ਰੋਸੈਸ ਸਾਰਾ ਹੋ ਜਾਣਾ। ਠੀਕ। ਅਤੇ ਫਿਰ ਮੈਂ ਬਸ ਉਹਦੇ ਸੋਲੀਸੀਟਰ ਸੀ ਕੋਈ ਮੈਂ ਭਾ ਲਿਆ, ਅਤੇ ਉਹਨੂੰ ਉਹਦੀ ਜੋ ਫੀਸ ਹੁੰਦੀ ਆਡਰ ਲੈਤੀ ਉਹਨੇ ਆਪਣੀ, ਜਿਵੇਂ ਵੀ ਚੱਲਿਆ ਪਹਿਲਾਂ ਲਾਇਸੈਂਸ, ਸਭ ਤੋਂ ਪਹਿਲਾਂ ਮੇਨ ਗੱਲ ਆ ਲਾਇਸੈਂਸ, ਇਹ ਲਾਇਸੈਂਸ ਅੱਡ ਹੁੰਦਾ ਗਾ ਇਸ ਸਪੋਂਸਰਸ਼ਿਪ ਵਾਸਤੇ। ਠੀਕ ਹੈ। ਇਹ ਮੰਨ ਲਓ ਵੀ ਇਹ ਸਟੂਡੈਂਟ ਸਵਿੱਚ ਕਰਨਾ ਨਾ, ਇਹਦਾ ਅੱਡ ਚੀਜ਼ ਹੁੰਦੀ ਹੈਗੀ, ਅਤੇ ਉਹਦਾ ਹੁੰਦਾ ਗਾ £536 ਦੀ ਸਰਕਾਰੀ ਫੀਸ ਆ। ਜੇ ਤਾਂ ਲਾਇਸੈਂਸ ਜੇ ਕੰਪਨੀ ਦੇ ਕੋਲ ਹੈਗਾ ਤਾਂ ਉਹ ਤੁਹਾਨੂੰ ਸਪੋਂਸਰ ਕਰ ਸਕਦੇ ਨਹੀਂ ਹੈਗੇ, ਜਿਵੇਂ ਛੋਟੀਆਂ ਦੁਕਾਨਾਂ ਦਾ ਤੁਸੀਂ ਉਹਨਾਂ ਕੋਲ ਨਹੀਂ ਹੁੰਦਾ, ਉਹਨਾਂ ਦੇ ਕੋਲ ਨਹੀਂ ਹੁੰਦਾ ਤਾਂ ਤੁਸੀਂ ਉਹਨਾਂ ਦੇ ਨਾਲ ਗੱਲ ਕਰਕੇ ਬਣਵਾ ਸਕਦੇ, ਜਾਂ ਤਾਂ ਕੰਪਨੀ ਤੁਹਾਨੂੰ ਬਣਵਾ ਦੇਗੀ। ਠੀਕ ਹੈ। ਜੇ ਨਹੀਂ ਬਣਵਾਉਂਦੇ ਉਹ ਤਾਂ ਤੁਸੀਂ ਖੁਦ ਪੈਸਾ ਲਾ ਕੇ ਉਹਨਾਂ ਨੂੰ ਕਹਿ ਸਕਦੇ ਕਿ ਅਸੀਂ ਤੁਹਾਨੂੰ ਪੈਸੇ ਲਾ ਦਿੰਦੇ ਹਾਂ ਤਾਂ ਤੁਸੀਂ ਲਾਇਸੈਂਸ ਜਿਹੜਾ। ਹੁਣ ਜੇ ਮਤਲਬ ਮੇਰੀ ਗੱਲ ਆ, ਮੈਂ ਉਹਨੂੰ ਦੱਸਿਆ ਮੇਰੇ ਬੌਸ ਨੂੰ ਵੀ ਆਹ ਚੱਕਰ ਆ, ਉਹ ਕਹਿੰਦੇ ਵੀ ਡੋਂਟ ਵਰੀ ਵੀ ਗੋਨਾ ਗਿਵ ਐਵਰੀਥਿੰਗ, ਲਾਈਕ ਡਾਕੂਮੈਂਟ ਸਾਰੇ ਦੇ ਦਾਂਗੇ ਅਸੀਂ ਆਪਦੇ, ਪਰ ਅਸੀਂ ਕੋਈ ਮਤਲਬ ਖਰਚਾ ਤੁਹਾਡਾ ਵੀ ਦੇਖ ਲਓ ਵੀ ਹੈ ਨਾ, ਵੀ ਤੁਸੀਂ ਆਪਦਾ ਕਰਨਾ ਸਾਰਾ ਕੁਛ, ਵੀ ਸਾਨੂੰ ਕੁਛ ਨਹੀਂ ਪਤਾ ਇਸ ਬਾਰੇ ਕਿ ਤੂੰ ਸਟੂਡੈਂਟ ਆ, ਤੁਹਾਨੂੰ ਅਸੀਂ ਤਾਂ ਤੈਨੂੰ 20 ਘੰਟੇ ਵਾਸਤੇ ਰੱਖਿਆ ਜੇ ਸਟੂਡੈਂਟ। ਅਤੇ ਉਸ ਹਿਸਾਬ ਨਾਲ ਫਿਰ ਮੈਂ ਸੋਚਿਆ ਵੀ ਚਲੋ ਕਰ ਲੈਂਦੇ ਹਾਂ, ਅਤੇ ਮੈਂ ਲਾਇਸੈਂਸ ਬਣਵਾਇਆ £536 ਦਿੱਤੇ ਏਜੰਟ ਨੂੰ, ਜੋ ਵੀ ਸੋਲੀਸੀਟਰ ਸੀ ਮੇਰਾ, ਉਹਦੀ ਆਪਣੀ ਫੀਸ ਹੁੰਦੀ, ਚਲੋ ਉਹ ਮੈਂ ਦੱਸਣਾ ਚਾਹੁੰਦਾ ਜਿੰਨੀ ਵੀ ਹੁੰਦੀ ਆਡਿਟ ਹੁੰਦੀ ਆ ਹਰੇਕ ਦੀ, ਤਾਂ ਵਕੀਲ ਨਹੀਂ ਤਾਂ ਜਿੰਨੋਂ ਆਪਣੇ ਵੱਖਰੇ ਲੈਣੇ ਜੋ ਲੈਣੇ ਹੁੰਦੀ ਆ। ਅਤੇ ਉਹ 2 ਮਹੀਨੇ ਦਾ ਪ੍ਰੋਸੈਸ ਹੁੰਦਾ ਉਹਦਾ ਜੋ ਦਿੱਤਾ ਹੁੰਦਾ ਗਾ, ਅਤੇ ਮੇਰਾ ਕਰੀਬਨ ਵੀ ਕਈ ਵਾਰ 1.5 ਮਹੀਨੇ ਤੱਕ ਆ ਗਿਆ ਸੀ ਮੇਰਾ। ਠੀਕ ਹੈ। 1.5 ਮਹੀਨੇ ਤੁਹਾਡਾ ਲਾਇਸੈਂਸ ਬਣ ਗਿਆ? ਹਾਂ, ਲਾਇਸੈਂਸ ਬਣ ਗਿਆ। ਇਸ ਤੋਂ ਬਾਅਦ ਫਿਰ ਮੈਂ ਬੌਸ ਨੂੰ ਕਿਹਾ, ਬੌਸ ਨੂੰ ਹੀ ਈਮੇਲ ਆ ਗਈ ਸੀ, ਜਿਹਦੀ ਬੌਸ ਨੇ ਕਿਹਾ ਵੀ ਈਮੇਲ ਆ ਗਈ ਤੇਰੀ ਸਕਸੈਸ ਹੋ ਚੁੱਕੀ ਹੈ, ਥੈਂਕ ਯੂ ਜੀ, ਬਹੁਤ ਬਹੁਤ ਸਮਰਪ ਕੀਤਾ। ਹਾਂਜੀ ਬਾਈ ਜੀ, ਜਦੋਂ ਤੁਹਾਡਾ ਲਾਇਸੈਂਸ ਬਣ ਕੇ ਆ ਗਿਆ ਸੀ ਅਤੇ ਉਸ ਤੋਂ ਬਾਅਦ ਤੁਹਾਡਾ ਕੀ ਪ੍ਰੋਸੈਸ ਸੀ ਅੱਗੇ, ਕੀ ਕਿਹੜੇ ਕਿਹੜੇ ਡਾਕੂਮੈਂਟ ਲੱਗੇ ਸੀ ਅਤੇ ਕੀ ਕੀ ਪ੍ਰੋਸੈਸ ਸੀ, ਕਿੰਨਾ ਖਰਚਾ ਆਇਆ ਸੀ, ਸਾਰਾ ਕੁਛ ਦੱਸੋ। ਹਾਂਜੀ ਹਾਂਜੀ, ਜਦੋਂ ਲਾਇਸੈਂਸ ਬਣ ਕੇ ਆ ਗਈ ਫਿਰ ਮੇਰੇ ਸੋਲੀਸੀਟਰ ਨੇ ਮੈਨੂੰ ਬੁਲਾਇਆ, ਅਤੇ ਵੀ ਆਪਣੇ ਆਪ ਨੂੰ ਪਤਾ ਲੱਗ ਗਿਆ ਉਹਨਾਂ ਕੋਲ ਸਾਰਾ ਕੁਛ ਹੁੰਦਾ, ਅਤੇ ਈਮੇਲ ਦਿੱਤੀ ਹੁੰਦੀ ਆ ਥੋੜ੍ਹਾ, ਅਤੇ ਮੈਨੂੰ ਬਹੁਤ ਖੁਸ਼ੀ ਬੋਲੋ ਬਈ ਆਵਾਜ਼ ਨਹੀਂ। ਹਾਂਜੀ, ਅਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜੀ ਮੈਨੂੰ ਵੀ ਲਾਇਸੈਂਸ ਆ ਚੁੱਕਿਆ, ਕਿਉਂਕਿ ਲਾਇਸੈਂਸ ਹੀ ਬਹੁਤ ਵੱਡੀ ਚੀਜ਼ ਹੁੰਦੀ ਆ। ਮੈਨੂੰ ਸੋਲੀਸੀਟਰ ਨੇ ਪਹਿਲਾਂ ਹੀ ਕਿਹਾ ਸੀ ਵੀ 70% ਕੰਮ ਲਾਇਸੈਂਸ ਦਾ ਗਾ। ਠੀਕ ਹੈ ਬਈ, ਜੇ ਲਾਇਸੈਂਸ ਆ ਗਿਆ ਤੁਹਾਡਾ ਤਾਂ ਕੰਮ ਬਣ ਹੀ ਗਿਆ ਸਮਝ ਲਓ 70%। ਠੀਕ, ਉਹੀ ਗੱਲ ਹੋਈ ਮੇਰੇ ਨਾਲ। ਅਤੇ ਜਦੋਂ ਲਾਇਸੈਂਸ ਆ ਗਿਆ ਤਾਂ ਉਹਨੇ ਕਿਹਾ, ਹੁਣ ਕਹਿੰਦਾ ਐਲੋਕੇਸ਼ਨ ਕਰਨੀ, ਮੈਨੂੰ ਪਤਾ ਨਹੀਂ ਸੀ ਕੀ ਚੀਜ਼ ਆ, ਉਹ ਕਹਿੰਦਾ ਹੁੰਦਾ ਵੀ ਇਹ ਤਾਂ ਨਾ ਚਾੜਨਾ ਗਾ ਆਪਾਂ। ਠੀਕ ਹੈ। ਵੀ ਲਾਇਸੈਂਸ ਆ ਗਿਆ ਤਾਂ ਉਸ ਐਲੋਕੇਸ਼ਨ ਮੰਗਾਉਣੀ ਪੈਣੀ, ਇੱਕ ਚੀਜ਼ ਹੁੰਦੀ ਵੀ ਉਹ ਹੋਮ ਆਫਿਸ ਭੇਜ ਦਿੰਦਾ ਗਾ,
ਫਾਰਮ ਹੁੰਦਾ ਇੱਕ ਤਰ੍ਹਾਂ ਦਾ ਠੀਕ ਹੈ ਅਤੇ ਐਲੋਕੇਸ਼ਨ ਮੇਰੀ ਉਹ ਕਹਿੰਦਾ 18-20 ਲੱਗ ਸਕਦੇ ਨੇ ਅਤੇ ਮੈਂ ਥੋੜ੍ਹਾ ਜਿਹਾ ਹੋਇਆ ਨਰਵਸ ਜਿਹਾ ਹੋਇਆ ਮਤਲਬ 18-20 ਕਰਕੇ ਥੋੜ੍ਹਾ ਜਿਹਾ ਹੋ ਜਾਏਗਾ ਅਤੇ ਕਹਿੰਦੇ ਚਲੋ ਠੀਕ ਮੈਂ ਠੀਕ ਆ ਕੋਈ ਚੱਕਰ ਨਹੀਂ ਜੀ ਉਹ ਕਹਿੰਦੇ 18-20 ਦਾ ਮੈਕਸੀਮਮ ਟਾਈਮ ਹੈ ਇਹਦਾ ਅਤੇ ਉਹ ਰੱਬ ਦੀ ਇੰਨੀ ਮਿਹਰ ਹੋਈ ਕਿ ਉਹ ਸਿਰਫ ਮੇਰਾ ਘੱਟੋ ਘੱਟ ਵੀ 5-7 ਦਿਨਾਂ ਦੇ ਵਿੱਚ ਹੀ ਆ ਗਿਆ ਜਿਹਦੇ ਵਿੱਚ ਤੁਹਾਡੀ ਸਾਰੀ ਡਿਟੇਲ ਦਿੱਤੀ ਹੁੰਦੀ ਆ ਵੀ ਤੁਹਾਨੂੰ ਕਿੰਨੀ ਸੈਲਰੀ ਦਿੱਤੀ ਜਾਣੀ ਆ ਤੁਹਾਡੀ ਕਿਹੜੀ ਜੋਬ ਦਾ ਟਾਈਟਲ ਆ ਠੀਕ ਆ ਨਾ ਠੀਕ ਆ ਜੀ ਤੇ ਮੈਂ ਆਪਣੀ ਜੋਬ ਦਾ ਜਿਵੇਂ ਕਹਿ ਸਕਦਾ ਮੈਂ ਮਤਲਬ ਮੈਂ ਦੱਸਾਂ ਹੀ ਚਾਹੁੰਦਾ ਮਤਲਬ ਇਹ ਮੈਂ ਓਪਨ ਨਹੀਂ ਕਰਨਾ ਚਾਹੁੰਦਾ ਵੀ ਕੋਈ ਵੀ ਜੋਬ ਲਾਉਂਦਾ ਮੇਰਾ ਕੋਡ ਸੀਗਾ ਉਹ ਠੀਕ ਹੈ ਉਹ ਕੋਡ ਉਹਦੇ ਵਿੱਚ ਦਿੱਤਾ ਗਿਆ ਹੈਗਾ ਠੀਕ ਹੈ ਠੀਕ ਹੈ ਨਾ ਅਤੇ ਤਕਰੀਬਨ ਜਿੰਨੀ ਸੈਲਰੀ ਹੋਣੀ ਉਹ 'ਚ ਲਿਖੇ ਜਾਣੀ ਆ ਉਹ ਠੀਕ ਹੈ ਸਾਰਾ ਕੁਛ ਲਿਖਿਆ ਜਾਂਦਾ ਕਿੰਨੇ ਆਵਰ ਤੁਸੀਂ ਵੀਕ ਦੇ ਜਾਂ ਮਹੀਨੇ ਦੇ ਕਰਨੇ ਆ ਠੀਕ ਆ ਸੈਲਰੀ ਦਿੱਤੀ ਜਾਣੀ ਆ ਉਸ ਹਿਸਾਬ ਨਾਲ ਤੁਹਾਡਾ ਮਤਲਬ ਜਿਹੜਾ ਤੁਹਾਡੇ ਬੋਸ ਆਗਾ ਉਹ ਤੁਹਾਨੂੰ ਸੈਲਰੀ ਦੇਣੀ ਆ ਉਸਨੇ ਠੀਕ ਹੈ ਉਹਨਾਂ ਦਾ ਅਕਾਊਂਟੈਂਟ ਆ ਜਿਹੜੇ ਹਿਸਾਬ ਨਾਲ ਸਾਰਿਆਂ ਦਾ ਉਹ ਤਰੀਕੇ ਨਾਲ ਅਤੇ ਉਹ ਸਾਰਾ ਕੁਛ ਉਹਨਾਂ ਡਿਟੇਲ ਦਿੱਤੀ ਹੁੰਦੀ ਆ ਕੋਡ ਦਿੱਤਾ ਹੁੰਦਾ ਜੋਬ ਦਾ ਸਾਰਾ ਕੁਛ ਦਿੱਤਾ ਹੁੰਦਾ ਕੋਸ ਲੈਟਰ ਆ ਅਤੇ ਕੋਸ ਲੈਟਰ ਵੀ ਉਹਦਾ ਵੱਡਾ ਪ੍ਰੋਸੈਸ ਨਹੀਂ ਹੈਗਾ ਉਹ ਸਿਰਫ 2 ਦਿਨਾਂ ਦਾ ਪ੍ਰੋਸੈਸ ਆ ਮੇਰਾ 2 ਦਿਨਾਂ ਦੇ ਵਿੱਚ ਕੋਸ ਲੈਟਰ ਤਿਆਰ ਹੋ ਗਿਆ ਦੋ ਦਿਨ ਖੁਦ ਹੀ ਕਰਨਾ ਸੋਲੀਸਿਟਰੀ ਕਰਨਾ ਦਾ ਕੋਸ ਲੈਟਰ ਕੋਈ ਵੱਡੀ ਗੱਲ ਨਹੀਂ ਹੈਗੀ ਮੇਨ ਆ ਐਲੋਕੇਸ਼ਨ ਠੀਕ ਹੈ ਐਲੋਕੇਸ਼ਨ ਸੀ ਮੇਰੀ ਜਿਹੜੀ ਉਹ ਆ ਗਈ ਸੀ 5-7 ਦਿਨਾਂ ਦੇ ਵਿੱਚ ਅਤੇ ਐਲੋਕੇਸ਼ਨ ਆ ਗਈ ਅਤੇ ਇਦੋਂ ਬਾਅਦ 2 ਦਿਨਾਂ ਬਾਅਦ ਮੇਰਾ ਕੋਸ ਲੈਟਰ ਤਿਆਰ ਹੋ ਗਿਆ ਠੀਕ ਮੰਨ ਲਓ ਵੀ 10 ਦਿਨ ਹੋ ਗਏ 10 ਤੋਂ 12 ਦਿਨ ਅਤੇ ਮੈਨੂੰ ਸੋਲੀਸਿਟਰ ਨੇ ਬੁਲਾਇਆ ਮੇਰੇ ਲੋਇਰ ਨੇ ਉਹ ਕਹਿੰਦਾ ਵੀ ਤੇਰਾ ਸਾਰਾ ਕੰਮ ਤਿਆਰ ਆ ਅਤੇ ਇਦੋਂ ਬਾਅਦ ਅਤੇ ਕੋਸ ਲੈਟਰ ਵੇਲੇ ਉਹਨਾਂ ਨੇ ਮੇਰੀ ਫੀਸ ਜਿਹੜੀ ਹੁੰਦੀ ਹੈਗੀ ਉਹ ਮਤਲਬ ਇਦੋਂ ਬਾਅਦ ਸੱਚੇ ਵੀ ਜਦੋਂ ਸਟਾਰਟ ਕੀਤਾ ਨਾ ਪ੍ਰੋਸੈਸ ਸਾਰਾ ਅਤੇ ਉਹਨਾਂ ਨੇ ਫਿਰ ਫੀਸ ਲਈ ਆਪਦੀ ਅੱਡ ਕਾਰਡ ਸਾਰੀ ਕਾਰਡ 'ਚ ਹੀ ਜਾਣੀ ਆ ਉਹ ਜੇ ਮੰਨ ਲਓ ਜਿਵੇਂ ਵੀ ਮੰਨ ਲਓ ਠੀਕ ਅਤੇ ਜਿਹੜੀ ਅੰਬੈਸੀ ਫੀਸ ਆ ਉਹ ਅੱਡ ਹੁੰਦੀ ਹੈਗੀ ਮੰਨ ਲਓ ਫਾਈਲ ਲਾਉਣ ਲੱਗਿਆ ਅੰਬੈਸੀ ਫੀਸ ਬਾਈ ਕਿੰਨੀ ਲੱਗੀ ਅੰਬੈਸੀ ਫੀਸ ਬਾਈ 3 ਪ੍ਰਕਾਰ ਦੀ ਹੈ ਜਿਵੇਂ ਪਹਿਲਾਂ ਤਾਂ ਨੋਰਮਲ ਲਾਉਣੀ ਆਪਾਂ ਨੇ ਉਹਦੀ ਹੈਗੀ ਆ 725 ਪਾਉਂਡ ਆ ਕੁਛ ਤਕਰੀਬਨ ਜਿਹੜੀ ਸਟੈਂਡਰਡ ਹਾਂ ਸਟੈਂਡਰਡ ਉਹ 'ਚ ਪਤਾ ਨਹੀਂ ਕਿੰਨਾ ਟਾਈਮ ਲੱਗਦਾ ਯਾਰ ਕਿਉਂਕਿ ਹੁਣ ਕਰੇਨ ਦਾ ਕੰਮ ਹੋ ਗਿਆ ਇੱਕ ਉਹਦੇ ਕਰਕੇ ਬਹੁਤ ਟਾਈਮ ਲੱਗ ਗਿਆ ਹੈਗਾ ਜੀ ਉਹ ਪ੍ਰਾਇਓਰਟੀ ਦੇ ਰਿਹਾ ਕਰੇਨ ਨੂੰ ਅਤੇ ਮੈਂ ਕਿਹਾ ਵੀ ਮੈਂ ਤਾਂ ਸੁਪਰ ਪ੍ਰਾਇਓਰਟੀ ਜਿਹੜੀ 3 ਹੁੰਦੀ ਆ ਇੱਕ ਹੁੰਦੀ ਆ ਨੋਰਮਲ ਇੱਕ ਹੁੰਦੀ ਆ ਸਟੈਂਡਰਡ ਇੱਕ ਹੁੰਦੀ ਆ ਪ੍ਰਾਇਓਰਟੀ ਇੱਕ ਸਟੈਂਡਰਡ ਹੁੰਦੀ ਇੱਕ ਪ੍ਰਾਇਓਰਟੀ ਦੇ ਇੱਕ ਸੁਪਰ ਮੈਂ ਕਿਹਾ ਮੈਂ ਸੁਪਰ 'ਚ ਹੀ ਲਾ ਦੂੰ ਡਾਇਰੈਕਟ ਮੈਂ ਵੀ ਕਾਲਾ ਹੀ ਸੀਗਾ ਅਤੇ ਉਹ ਕਹਿੰਦੇ ਨਹੀਂ ਕਹਿੰਦਾ ਭਰਾਵਾ ਸੁਪਰ ਪ੍ਰਾਇਓਰਟੀ ਤਾਂ ਹਲੇ ਹੈ ਨਹੀਂ ਲਿਸਟ 'ਚ ਵੀ ਬੰਦ ਹੀ ਕਰ ਰੱਖੀ ਆ ਹਲੇ ਅੱਛਾ ਕਹਿੰਦੇ ਪ੍ਰਾਇਓਰਟੀ ਹੈਗੀ ਆ ਕਹਿੰਦੇ ਪਰ ਉਹਦਾ 500 ਪਾਉਂਡ ਅੱਡ ਲੱਗਣਾ ਗਾ 500 ਪਾਉਂਡ ਮਤਲਬ ਲਾ ਲਓ ਵੀ 50,000 ਰੁਪਇਆ ਇੰਡੀਆ ਦਾ ਅਤੇ ਮੈਂ ਕਿਹਾ ਕੋਈ ਚੱਕਰ ਨਹੀਂ ਬਾਈ ਯਾਰ ਮੈਂ ਕਿਹਾ ਵੀ ਆਪਾਂ ਲਾ ਦਿੰਦੇ ਹਾਂ ਅਤੇ ਫਿਰ ਮੈਂ ਪ੍ਰਾਇਓਰਟੀ 'ਚ ਲਵਾਈ ਆਪਦੀ 700 ਮੰਨ ਲਓ ਵੀ 1200 ਕੁਛ ਪਾਉਂਡ ਬਣ ਗਏ 1250 ਅਤੇ ਉਹ ਲਾਤੀ ਸਾਰਾ ਮੇਰਾ ਫੀਸ ਵਾ ਗਈ ਇੰਸ਼ੋਰੈਂਸ ਆਉਂਦੀ ਆ ਕਈ IHS ਕਹਿੰਦੇ ਨੇ ਉਹਨੂੰ ਇੰਸ਼ੋਰੈਂਸ ਜਿਹੜੀ ਆਪਾਂ ਲੈਣੀ ਹੁੰਦੀ ਹੈਗੀ ਇੰਸ਼ੋਰੈਂਸ ਲੈਣੀ ਹੁੰਦੀ ਉਹ ਹੁੰਦੀ ਆ ਘੱਟੋ ਘੱਟ ਵੀ ਮੰਨ ਲਓ 600-700 ਮੈਨੂੰ ਨਹੀਂ ਪਤਾ ਕਿੰਨੀ 700 ਤਕਰੀਬਨ ਹੁੰਦੀ ਉਹ ਵੀ ਠੀਕ ਹੈ 624 ਅਤੇ 1 ਸਾਲ ਦੀ ਹੁੰਦੀ ਹੈ ਜੀ ਉਹ ਅਤੇ 1 ਸਾਲ ਦੀ ਜਿਹੜੀ 600 ਅਤੇ ਮੈਂ ਵੀ ਚੱਲ ਪਾਇਆ 3 ਸਾਲ ਇਹ ਵੀ ਕਿਸਮ ਦੀ ਚੀਜ਼ ਦੱਸਣੀ ਆ ਮੈਂ ਜਿਹੜਾ ਸਪੋਂਸਰਸ਼ਿਪ ਹੁੰਦੀ ਹੈ ਨਾ ਉਹ ਹੁੰਦੀ ਹੈ 5 ਸਾਲ ਦੀ ਉਰੇ ਜੇ ਤੁਸੀਂ PR ਲੈਣੀ ਆ ਇਹ 5 ਸਾਲ ਬਾਅਦ ਤੁਹਾਨੂੰ PR ਮਿਲਣੀ ਉਰੇ ਸਪੋਂਸਰਸ਼ਿਪ 'ਤੇ 5 ਸਾਲ ਤੋਂ ਬਾਅਦ ਆਪਾਂ ਜਿਹੜਾ PR ਦੀ ਅਪਲਾਈ ਕਰਦਾ ਮੈਂ ਉਹਨੂੰ ਉਰੇ ਕਹਿੰਦੇ ਇੰਡੈਫੀਨੇਟ ਲੀਵ ਟੂ ਰਿਮੇਨ ILR ਆਪਣੇ ਕੈਨੇਡਾ ਆਸਟ੍ਰੇਲੀਆ ਦੇ PR ਡਾਇਰੈਕਟ ਉਰੇ PR ਲਾ ਦਿਓ ਇੱਕ ਤਰ੍ਹਾਂ ਦੀ ਹੁੰਦੀ ਵੀ PR ਆ ਉਹ ਅਤੇ ਮੈਂ ਸੋਚਿਆ ਵੀ ਯਾਰ 3 ਸਾਲ ਦੀ ਲਵਾਉਂਦੇ ਕਿਉਂਕਿ ਉਹਦੇ ਵਿੱਚ ਖਰਚਾ ਬਹੁਤ ਆਇਆ 5 ਸਾਲ ਦਾ ਘੱਟੋ ਘੱਟ ਵੀ ਮੰਨ ਲਓ ਵੀ ਬਹੁਤ ਜ਼ਿਆਦਾ ਆਉਂਦੀ ਮੇਰਾ ਹੁਣ ਲੱਗਿਆ 5 ਟੋਟਲ ਲੱਗ ਗਿਆ ਮੇਰਾ 6,000 ਪਾਉਂਡ ਬਣ ਗਿਆ ਉਹ 'ਚ 2-3 ਹਜ਼ਾਰ ਹੋਰ ਆ ਜਾਣਾ ਸੀ ਪਰ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਸੀਗੇ ਕਿਉਂਕਿ ਮੈਂ ਇੰਡੀਆ ਤੋਂ ਵੀ ਮੰਗਾ ਰੱਖੇ ਥੋੜ੍ਹੀ ਮੋਟੀ ਵੀ ਉਹ ਕਰਨ ਵਾਸਤੇ ਠੀਕ ਹੈ ਅਤੇ ਉਸ ਹਿਸਾਬ ਨਾਲ ਵੀ ਜੀ ਮੇਰੇ ਵੀ ਚਲੋ ਉਸ ਹਿਸਾਬ ਨਾਲ ਦੇਖ ਕੇ ਮੈਂ 3 ਸਾਲ ਦਾ ਲਵਾਇਆ ਅਤੇ ਉਹਦੇ ਵਿੱਚ ਆਈ ਜਿਹੜਾ ਇੰਸ਼ੋਰੈਂਸ ਆ ਉਹ ਮੇਰੀ ਆ ਗਈ 600-700 ਜੇ ਲਾਗੇ ਤਾਗੇ ਹੋ ਗਈ ਸੀ ਅਤੇ 1400 ਪਾਉਂਡ ਆ ਗਈ ਉਹਦੀ ਆਪਣੀ ਫੀਸ ਜਿਹੜੀ ਹੁੰਦੀ ਆ ਐਮਬੈਸੀ ਦੀ ਠੀਕ ਹੈ ਅਤੇ ਆ 2 ਚੀਜ਼ਾਂ ਸੀਗੀਆਂ ਉਹ ਘੱਟ ਕਾਰਡ 'ਚ ਜਾਣੀਆਂ ਨੇ ਉਹਨਾਂ ਨੇ ਕਰਿਆ ਅਤੇ ਬਾਕੀ ਟੋਟਲ ਤੁਹਾਡਾ ਜਿਹੜਾ ਆਪਾਂ ਵਕੀਲ ਨੂੰ ਮਿਲਾ ਕੇ ਅਤੇ ਜਾਂ ਦੂਜਾ ਖਰਚਾ ਜਿਹੜਾ ਲੱਗਾ ਉਹ ਕਿੰਨਾ ਲੱਗਾ ਟੋਟਲ ਹਾਂ ਲਾਇਸੈਂਸ ਤਾਂ ਲੱਗ ਸਕਦਾ ਉਸ ਲੱਗ ਗਈ ਮਤਲਬ ਮੇਰਾ 7,000 ਪਾਉਂਡ 6,000 ਪਾਉਂਡ ਆ ਗਈ 6 ਤੋਂ 7,000 ਦਾ ਉਹ ਵੀ ਸਪੌਂਸਰ ਤੁਸੀਂ ਲੱਭੀ ਹੋਈ ਸੀ ਖੁਦ ਤਾਂ ਕਰਕੇ ਤਾਂ ਮੈਂ ਕੰਮ ਕਰ ਰਿਹਾ ਸੀ ਜੇ ਆਪਾਂ ਕਿਸੇ ਦੇ ਕੋਲੋਂ ਆਪਾਂ ਸਪੌਂਸਰ ਲੈਂਦੇ ਆ ਉਹ ਤਾਂ ਬਹੁਤ ਹੀ ਉਹ ਤਾਂ ਕੋਈ ਕਹਿੰਦਾ ਜੀ ਮੈਨੂੰ 20,000 ਦੇ 15,000 ਦੇ 15,000 ਪਾਉਂਡ ਵੀ ਲੈਂਦਾ ਕਿ 20,000 ਪਾਉਂਡ ਵੀ ਇੱਥੇ ਗੱਲ ਕਰਨਾ ਚਾਹੁੰਦਾ ਜੀ ਤੁਸੀਂ ਜਿੱਥੇ ਕੰਮ ਕਰ ਰਹੇ ਹੋ ਨਾ ਆ ਕੇ ਲੋਇਲਟੀ ਦਿਖਾਓ ਆਪਣੀ ਜੀ ਜਾਣ ਲਾ ਕੇ ਆਪਣਾ ਕੰਮ ਕਰੋ ਅਤੇ ਉਸ ਨੂੰ ਆਪਣੇ ਆਪ ਹੀ ਜੇ ਤੁਸੀਂ ਕਹੋਗੇ ਜੀ ਮੈਨੂੰ ਸਪੌਂਸਰ ਕਰ ਦਿਓ ਵੀ ਮੈਂ ਖਰਚਾ ਕਰ ਦੇਣਾ ਹੈਗਾ ਉਹਨੇ ਨਾ ਨਹੀਂ ਕਰਨੀ ਕਿਉਂਕਿ ਉਹਨੂੰ ਬੰਦਾ ਲੋਇਲ ਕੰਮ ਚਾਹੀਦਾ ਲੋਇਲ ਬੰਦਾ ਚਾਹੀਦਾ ਹੁੰਦਾ ਸ਼ੋਪ 'ਤੇ ਕਿਤੇ ਵੀ ਕੰਮ ਕਰੋ ਯਾਰ ਉਸ ਕਿਤੇ ਵੀ ਮੰਨ ਲਓ ਅਤੇ ਮੈਂ ਕਰ ਰਿਹਾ ਸ਼ੋਪ 'ਤੇ ਹਾਂ ਇੱਕ ਗੱਲ ਹੋਰ ਅਤੇ ਇਹ ਜਿਹੜਾ ਹੁੰਦਾ ਗਾ
मैं कर रहा शॉप पर, मतलब जिम्मे ऑफलाइन शॉप होंगे इंग्लैंड के, एक होंगी कंपनी के थ्रू स्पॉन्सरशिप लेनी, वो होंगी बड़ी, वो स्टाफ बहुत हों हज़ार हों, तो मैं छोटे ये छोटा लाइसेंस है जी, तो मैं मैंने स्पॉन्सरशिप किया गया, ये पाँह तो घट स्टाफ हों, ठीक है, तो पाँह तो घट स्टाफ हों, ये अड कैटेगरी आ गई, ठीक है ना जी। तो मैं कंपनी थ्रू नहीं हो, मैं हे तो कंपनी एक तरह की पर शॉप आ गई, ऑफलाइसेंस हो गई, ठीक है। तो इस हिसाब ना यदा अड प्रोसैस हों, जो तुम लैनी है कंपनी थ्रू, बड़ी कंपनी जो बहुत स्टाफ काम कर रहा, लसेंस बहुत बड़ा बनता, घटो घट 5-6 हज़ार बन तक लसेंस ही बनता, कंपनी का हों भी होना ना, वो मैंने नहीं पता, पर मैं सुना जी वड्डी है तो उदा तो हुंदा ही होगा, हां जो मैं अड सुना जी उदा हुंदा है। ਅਤੇ ਮੇਰਾ ਤਾਂ ਜੀ 5-7 ਹਜ਼ਾਰ ਵਿੱਚ ਸਾਰਾ ਸਮਾਨ ਹੋ ਗਿਆ ਜੀ, ਕੰਮ ਮੇਰਾ ਕੰਮ ਸਾਰਾ ਕੁਛ ਤੁਹਾਡਾ ਕਲੀਅਰ ਹੋ ਗਿਆ, ਵੀਜ਼ਾ ਆ ਗਿਆ, ਹਾਂ ਵੀਜ਼ਾ ਆ ਗਿਆ ਜੀ, ਵੀਜ਼ਾ 'ਚ ਵੀਜ਼ਾ ਹਲੋ ਪ੍ਰਾਪਰਟੀ ਚਲਾਈ 5 ਮਹੀਨਿਆਂ ਦਾ ਵੀਜ਼ਾ ਆ ਗਿਆ ਜੀ। ਅਤੇ ਮੰਨ ਲਓ ਵੀ ਮੇਨ ਗੱਲ ਸੀ ਜਿਹੜੀ ਪ੍ਰਾਪਰਟੀ ਲਾਈ 5 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ, ਹਾਂਜੀ ਹਾਂਜੀ। ਅਤੇ ਮੰਨ ਲਓ ਜੀ ਮੇਨ ਗੱਲ ਸੀ ਲਸੈਂਸ ਦੀ ਕੱਲੀ, ਠੀਕ ਹੈ ਜੀ। ਅਤੇ ਲਸੈਂਸ ਮੇਰਾ ਮੰਨ ਲਓ ਵੀ ਮਹੀਨਾ ਡੇਢ ਮਹੀਨਾ ਉਹ 'ਤੇ ਲੱਗਿਆ ਗੱਲ, ਉਹ ਮੈਂ ਵੇਟ ਕੀਤੀ ਆ, ਇੱਦੋਂ ਲਸੈਂਸ ਆ ਗਿਆ ਸਿਰਫ 20 ਦਿਨਾਂ ਦੀ ਗੇਮ ਸੀ ਮੇਰੀ, ਠੀਕ ਹੈ ਜੀ, 20 ਦਿਨਾਂ 'ਚ ਮੇਰਾ ਵੀਜ਼ਾ ਆ ਗਿਆ ਜੀ। ਅਤੇ ਹੁਣ ਬਈ ਨਜ਼ਾਰੇ ਆ ਫਿਰ, ਨਜ਼ਾਰੇ ਆ ਜੀ, ਹੁਣ ਕੋਈ ਟੈਨਸ਼ਨ ਨਹੀਂ ਵੀ ਇਲੀਗਲ ਹੋਣਾ ਜਾਂ ਪੜ੍ਹਾਈ ਜਾਂ PSW ਪੜ੍ਹਾਈ ਦਾ ਚੱਕਰ ਨਹੀਂ ਜੀ, ਅਤੇ ਆਪਣਾ ਕੰਮ ਚਲੋ ਠੀਕ ਹੈ ਜੀ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਚਲੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ, ਧੰਨਵਾਦ।